ਫਰਵ੍ਰੀਦੂ ਹੋਏ ਪੰਜਾਬੀ ਦੇ ਬੋਰਡ ਐਗਜ਼ਾਮ ਦੀ ਅਨਸਰ ਕੀ ਸਤਿ ਸ਼੍ਰੀ ਅਕਾਲ ਨਮਸਤੇ ਜੀ ਆਇਆਂ ਨੂੰ ਬੱਚਿਓ ਸਵਾਗਤ ਇੱਕ ਵਾਰ ਫਿਰ ਮੈਨੇ ਚੈਨਲ ਲਰਨ ਪੰਜਾਬੀ ਵਿਦ ਮੋਹਿਤਾ ਵਿੱਚ ਅੱਜ 10ਵੀਂ ਕਲਾਸ ਦਾ ਬੋਰਡ ਦਾ ਫਾਈਨਲ ਪੇਪਰ ਸੀ ਉਮੀਦ ਹੈ ਸਭ ਦਾ ਪੇਪਰ ਬਹੁਤ ਵਧੀਆ ਹੋ ਗਿਆ ਹੋਏਗਾ ਵਧੀਆ ਤਰ੍ਹਾਂ ਕੀਤਾ ਹੋਏਗਾ ਵਧੀਆ ਨੰਬਰਾਂ ਨਾਲ ਤੁਸੀਂ ਪਾਸ ਹੋ ਜਾਵੋਗੇ ਪੇਪਰ ਵਿੱਚ ਚਾਰ ਕੋਡ ਆਏ ਸਨ ਚਾਰਾਂ ਕੋਡਾਂ ਦੇ ਜਿਹੜੇ ਪ੍ਰਸ਼ਨ ਆਏ ਸੀ ਉਹ ਸਾਰੇ ਪ੍ਰਸ਼ਨ ਸੇਮ ਸੀ ਸਿਰਫ ਉਹਨਾਂ ਦੀ ਤਰਤੀਬ ਜਾਂ ਜਿਹੜਾ ਸੀਕੁਐਂਸ ਸੀ ਉਹ ਉੱਪਰ ਥੱਲੇ ਕੀਤਾ ਹੋਇਆ ਸੀ ਕੁਐਸ਼ਨ ਸਾਰੇ ਸੇਮ ਸਨ ਜਿਹੜਾ ਕਵਿਤਾ ਭਾਗ ਵਿੱਚੋਂ ਪ੍ਰਸੰਗ ਸਹਿਤ ਵਿਆਖਿਆ ਆਈ ਸੀ ਉਹਦਾ ਜਿਹੜਾ ਪੈਰਾ ਸੀ ਉਹ ਅਲੱਗ-ਅਲੱਗ ਆਇਆ ਸੀ ਚਾਰਾ ਕੋਡਾ ਵਿੱਚ ਬਾਕੀ ਸਾਰੇ ਕੁਐਸਚਨ ਜਿਹੜੇ ਕਿ ਸੇਮ ਸੀ ਸਿਰਫ ਤਰਤੀਬ ਬਖਰੀ ਸੀ ਸੋ ਉਹਨਾਂ ਚਾਰਾ ਕੋਡਾ ਵਿੱਚੋਂ ਮੈਂ ਇੱਕ ਕੋਡ ਜਿਹੜਾ ਕਿ ਪੇਪਰ ਹੈ ਉਹਦਾ ਹੱਲ ਕਰਕੇ ਤੁਹਾਨੂੰ ਆਨਸਰ ਦੱਸ ਰਹੀ ਹਾਂ ਤੁਸੀਂ ਉਹਨਾਂ ਨੂੰ ਚਾਹੋ ਤਾਂ ਆਪਣੇ ਪੇਪਰ 'ਚ ਜੋ ਆਨਸਰ ਕਰਕੇ ਆਏ ਹੋ ਉਹਦੇ ਨਾਲ ਟੈਲੀ ਜਿਹੜਾ ਕਿ ਤੁਸੀਂ ਕਰ ਸਕਦੇ ਹੋ ਸੋ ਇਹ ਪੇਪਰ ਕੁਝ ਇਸ ਤਰ੍ਹਾਂ ਹੁੰਦਾ ਹੈ ਇਸ ਦਾ ਉੱਤਰ ਸੀ ਸਰੀਰ ਅਤੇ ਕੰਮ ਫਿਰ ਇਹ ਮਨੁੱਖੀ ਸਰੀਰ ਕਿਸ ਕੰਮ ਲਈ ਬਣਿਆ ਹੈ ਮਨੁੱਖੀ ਸਰੀਰ ਕੰਮ ਕਰਨ ਲਈ ਬਣਿਆ ਹੈ ਕਿਹੜਾ ਸਰੀਰ ਕਦੇ ਵੀ ਰੋਗੀ ਨਹੀਂ ਹੁੰਦਾ ਜਿਹੜਾ ਸਰੀਰ ਮਸ਼ੱਕਤ ਕਰਦਾ ਹੈ ਮਿਹਨਤ ਕਰਦਾ ਹੈ ਉਹ ਸਰੀਰ ਕਦੇ ਵੀ ਰੋਗੀ ਨਹੀਂ ਹੁੰਦਾ ਹੈ ਫਿਰ ਇਹ ਕਿੰਨੀਆਂ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਚਾਰ ਪ੍ਰਕਾਰ ਦੀ ਸੁਰਜੀਤ ਫੁੱਟਬਾਲ ਖੇਡਦਾ ਹੈ ਰੇਖਾਂਕਿਤ ਅੱਖਰ ਦਾ ਨਾਮ ਚੁਣੋ ਖਾਸ ਨਾਮ ਸਾਰ ਪਿਛੇਤਰ ਲਗਾ ਕੇ ਇੱਕ ਸ਼ਬਦ ਬਣਾਓ ਸਵੇਰ ਸਾਰ ਮਿਲਨ ਸਾਰ ਬਾਦ ਅੱਗੇ ਲਗਾ ਕੇ ਇੱਕ ਸ਼ਬਦ ਬਣਾਓ ਬਦਨਾਮ ਬਦਸੂਰਤ ਉਹ ਬੜਾ ਜ਼ਿੱਦੀ ਵੀ ਹੈ ਤੇ ਮੂਰਖ ਵੀ ਇਸ ਨੂੰ ਸਧਾਰਨ ਵਾਕ ਚ ਬਣਾਉਣਾ ਹੀ ਉਹ ਬੜਾ ਜ਼ਿੱਦੀ ਅਤੇ ਮੂਰਖ ਹੈ ਚੰਗੇ ਲੋਕ ਦੂਜਿਆਂ ਦਾ ਭਲਾ ਕਰਦੇ ਹਨ ਇਹਨੂੰ ਨਾਂਵਾਚਕ ਚ ਬਣਾਉਣਾ ਹੀ ਚੰਗੇ ਲੋਕ ਦੂਜਿਆਂ ਦਾ ਬੁਰਾ ਨਹੀਂ ਕਰਦੇ ਹਨ ਫਿਰ ਅੱਗੇ ਕੁਐਸਚਨ ਤੀਸਰਾ ਬਹੁ ਵਿਕਲਪੀ ਪ੍ਰਸ਼ਨ ਹਨ ਕਾਰਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ 8 ਹੁੰਦੀਆਂ ਹਨ ਫਿਰ ਅੱਗੇ ਪ੍ਰਸ਼ਨ ਸੀ ਕਿ ਸ਼ੁੱਧ ਸ਼ਬਦ ਚੁਣਨਾ ਸੀ ਚਾਰ ਜਿਹੜੇ ਕਿ ਸਪੈਲਿੰਗ ਦਿੱਤੇ ਸਨ ਉਹ ਚੋ ਦੂਸਰੀ ਆਪਸ਼ਨ ਜਿਹੜੀ ਸੀ ਸਹੀ ਸੀ ਬਹੁਤ ਧੀ ਫਿਰ ਉਹ ਦਿਨ ਡੁੱਬਾ ਜਦੋਂ ਇਹਨੂੰ ਅਖਾਣ ਪੂਰਾ ਕਰਨਾ ਸੀ ਇਹਦਾ ਉੱਤਰ ਆਏਗਾ ਜਦੋਂ ਕੋੜੀ ਚੜਿਆ ਕੁੱਬਾ ਫਿਰ ਅਗਲਾ ਪ੍ਰਸ਼ਨ ਸੀ ਜਿਹੜਾ ਸ਼ਬਦ ਨਾਮ ਦੀ ਥਾਂ ਵਰਤਿਆ ਜਾਏ ਉਸ ਕੀ ਹੁੰਦਾ ਹੈ ਪੜਨਾਵ ਵਿਸ਼ਰਾਮ ਚਿੰਨ ਲਗਾਉਣੇ ਸੀ ਮਾਸਟਰ ਜੀ ਅੱਜ ਤੁਸੀਂ ਛੁੱਟੀਆਂ ਦਾ ਕੰਮ ਲੈਣਾ ਮਾਸਟਰ ਜੀ ਤੋਂ ਅਗੇ ਕਾਮਾ ਫਿਰ ਇਨਵਰਟਡ ਕਾਮਸ ਲਾਸਟ ਇਨਵਰਟਡ ਕਾਮਸ ਬੰਦ ਤੇ ਪਰੰਡੀ ਫਿਰ ਮੁਹਾਵਰੇ ਸੰ ਹੱਥ ਪੀਲੇ ਕਰਨੇ ਵਿਆਕਰਨਾ ਕੰਨ ਪਰਨਾ ਚੁਗਲੀ ਕਰਨੀ ਇਹਨੂੰ ਦਾ ਅਰਥ ਦੱਸ ਕੇ ਨਾਲ ਜਿਹੜਾ ਕਿ ਵਾਕ ਚ ਵਰਤਣਾ ਫਿਰ ਅੱਗੇ 3 ਵਿਸ਼ੇ ਦਿੱਤੇ ਸਨ ਉਹਨਾਂ ਵਿੱਚੋਂ ਇੱਕ ਦੇ ਉੱਤੇ ਜਿਹੜਾ ਕਿ ਸ਼ਬਦਾਂ ਦੇ ਲੇਖ ਲਿਖਣਾ ਸੀ ਜਿਵੇਂ ਭਾਰਤ ਚਵਾਦਰੀ ਆਬਾਦੀ ਮੋਬਾਈਲ ਦਾ ਫੋਨ ਮੋਬਾਈਲ ਫੋਨ ਦੇ ਲਾਭ ਤੇ ਹਾਨੀਆਂ ਵਿਦਿਆਰਥੀਆਂ ਦੇ ਨਸ਼ੇ ਫਿਰ ਚਿੱਠੀ ਪੱਤਰ ਆਇਆ ਸੀ ਆਪਣੇ ਰਾਜ ਦੇ ਮੁੱਖ ਮੰਤਰੀ ਨੂੰ ਚਿੱਠੀ ਰਾਹੀਂ ਬੇਨਤੀ ਲਿਖਣੀ ਸੀ ਕਿ ਤੁਹਾਡੇ ਸਕੂਲ ਵਿੱਚ ਪੰਜਾਬੀ ਦੇ ਅਧਿਆਪਕ ਦਾ ਪ੍ਰਬੰਧ ਕੀਤਾ ਜਾਵੇ ਔਰ ਦੂਸਰੀ ਆਪਸ਼ਨ ਸੀ ਆਪਣੇ ਛੋਟੇ ਭਰਾ ਨੂੰ ਚਿੱਠੀ ਲਿਖੋ ਜਿਸ ਵਿੱਚ ਉਸਨੂੰ ਕੰਪਿਊਟਰ ਦੀ ਉਪਯੋਗਤਾ ਤੇ ਮਹੱਤਤਾ ਦੱਸ ਦਿਓ ਇਸ ਦੀ ਸਿੱਖਿਆ ਦੇਣ ਲਈ ਸਲਾਹ ਦਿਓ ਹਾਂਜੀ ਅਗੋ 8ਵਾਂ ਪ੍ਰਸ਼ਨ ਸੀ ਜਿਹੜੇ ਕਿ ਇੱਕ ਜਾਂ ਦੋ ਸ਼ਬਦਾਂ ਜਿਹਦਾ ਉੱਤਰ ਦੇਣਾ ਸੀ ਭੇਸ ਬਟਾ ਕੇ ਲੋਕਾਂ ਵਿੱਚ ਕੌਣ ਜਾਂਦੇ ਸਨ ਰਾਜਾ ਤੇ ਵਜ਼ੀਰ ਰਾਮਪਜਨੀ ਤੋਂ ਸ਼ਾਮਦਾਸ ਕਿਸ ਚੀਜ਼ ਦੀ ਮੰਗ ਕਰਦਾ ਹੈ ਸੋਨੇ ਦੀਆਂ ਚੂੜੀਆਂ ਦੀ ਚਾਹ ਵਿੱਚ ਕਿਹੜਾ ਤੱਤ ਮੌਜੂਦ ਹੁੰਦਾ ਹੈ ਥਾਇਨਿਨ ਬੱਚੇ ਦਾਤ ਕਿਸ ਨੇ ਤੋੜਿਆ ਸੀ ਉਸਦੇ ਪਿਤਾ ਨੇ ਵਿਆਹ ਸਮੇਂ ਕੁੜੀ ਦੇ ਘਰ ਵਿੱਚ ਕਿਹੜੇ ਗੀਤ ਗਾਏ ਜਾਂਦੇ ਹਨ ਸੁਹਾਗ ਗਾਏ ਜਾਂਦੇ ਹਨ ਬੇਬੇ ਰਾਮਪਜਨੀ ਦੀ ਗਵੰਡਨ ਦਾ ਕੀ ਨਾਮ ਸੀ ਪ੍ਰੇਮੋ ਫਿਰ ਕੁਐਸਚਨ ਨੋਵਾ ਹੈ ਜਿਹਦੇ ਵਿੱਚ ਬਹੁ ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣਨੇ ਸਨ ਪਹਿਲਾ ਹੈ ਬੀਬੀ ਭਾਨੀ ਜੀ ਦੇ ਪਿਤਾ ਦਾ ਕੀ ਨਾਮ ਸੀ ਗੁਰੂ ਅਮਰਦਾਸ ਜੀ ਫਿਰ ਦੂਸਰਾ ਹੈ ਕਿਸ ਨੇ ਕਿਹਾ ਸੀ ਕਿ ਮੇਰੇ ਮਰਨ ਉਤੇ ਛੁੱਟੀ ਦਾ ਐਲਾਨ ਨਹੀਂ ਕਰਨਾ ਡਾਕਟਰ ਅਬਦੁਲ ਕਲਾਮ ਜੀ ਨੇ ਫਿਰ ਨਾਨਕ ਸਿੰਘ ਦੇ ਬਚਪਨ ਦਾ ਕੀ ਨਾਮ ਸੀ ਸੋ ਨਾਨਕ ਸਿੰਘ ਦੇ ਬਚਪਨ ਦਾ ਨਾਮ ਸੀ ਅਨਸਰਾਜ ਫਿਰ ਚੌਥਾ ਹੈ ਸਤਗੁਰੂ ਦੀ ਸੇਵਾ ਕੌਣ ਨਹੀਂ ਕਰਦਾ ਮਨਮੁਖ ਨਹੀਂ ਕਰਦੇ ਫਿਰ ਅਗਲਾ ਪ੍ਰਸ਼ਨ ਹੈ ਪੰਜ ਪਾਣੀ ਕਿਸ ਨੂੰ ਕਿਹਾ ਗਿਆ ਹੈ ਪੰਜਾਬ ਨੂੰ ਰਜਨੀ ਨੂੰ ਕਿਹੜੀ ਬਿਮਾਰੀ ਸੀ ਪੋਲੀਓ ਦੀ ਪੇਪਰ ਖਤਮ ਹੋ ਮਗ ਹੋਣ ਮਗਰੋ ਮਿਨਾਕਸ਼ੀ ਕਿੱਥੇ ਗਈ ਸੀ ਆਪਣੀ ਪੂਆ ਹਾਂਜੀ ਫਿਰ ਅੱਗੇ 10ਵਾਂ ਪ੍ਰਸ਼ਨ ਸੀ ਜਿਹਦੇ ਕੀ ਪ੍ਰਸ਼ਨ ਦੇ ਉੱਤਰ 25 ਸ਼ਬਦਾਂ ਦੇਣੇ ਸੀ 2-2 ਨੰਬਰ ਤੇ ਸਨ ਬੁੱਢੀ ਅੰਮਾ ਨੇ ਰੋਹਿਤ ਨੂੰ ਕਿੰਨੂ ਕਿਉਂ ਲੈ ਕੇ ਦਿੱਤੇ ਸਨ ਬੁੱਢੀ ਅੰਮਾ ਨੇ ਰੋਹਿਤ ਨੂੰ ਕਿੰਨੂ ਇਸ ਲਈ ਲੈ ਕੇ ਦਿੱਤੇ ਸਨ ਕਿ ਉਹ ਰੋਹਿਤ ਦੇ ਨਾਨਕੇ ਪਿੰਡ ਲਾਂਧੜੇ ਦੀ ਸੀ ਤੇ ਰਿਸ਼ਤੇ ਚ ਉਸਦੀ ਨਾਨੀ ਹੀ ਲੱਗਦੀ ਸੀ ਕੋਤਵਾਲ ਆਦਮੀ ਨੂੰ ਕਿਉਂ ਮਾਰਦਾ ਹੈ ਰਾਜਾ ਰਾਜਕਰੇਂਦਿਆ ਚੋਂ ਸੀ ਕੋਤਵਾਲ ਆਦਮੀ ਨੂੰ ਇਸ ਲਈ ਮਾਰਦਾ ਕਿ ਉਸਕੇ ਉਸਨੇ ਆਦਮੀ ਨੇ ਕੋਤਵਾਲ ਨੂੰ ਉਸ ਨੂੰ ਮਹੀਨਾ ਜਾਂ ਰਿਸ਼ਵਤ ਜੜੀ ਸੀ ਨਹੀਂ ਸੀ ਦਿੱਤੀ ਸੀ ਮਿਲਕਾ ਸਿੰਘ ਨੇ ਕਿੰਨੇ ਦੌੜ ਮੁਕਾਬਲੇ ਚ ਹਿੱਸਾ ਲਿਆ ਤੇ ਕਿੰਨੀਆਂ ਵਿੱਚ ਜਿੱਤ ਪ੍ਰਾਪਤ ਕੀਤੀ 82 ਦੌੜ ਮੁਕਾਬਲੇ ਚ ਹਿੱਸਾ ਲਿਆ ਤੇ 79 ਚ ਉਸਨੇ ਜਿੱਤ ਹਾਸਲ ਕੀਤੀ ਸੀ ਡਾਕਟਰ ਅਬਦੁਲ ਕਲਾਮ ਦੀ ਰਹਿਣੀ ਬਹਿਣੀ ਕਿਹੋ ਜੀ ਸੀ ਬਹੁਤ ਸਾਦੀ ਤੇ ਸਰਲ ਸੀ ਉਹਨਾਂ ਦੀ ਮੌਤ ਉਪਰੰਤ ਉਹਨਾਂ ਦੇ ਕਮਰੇ ਚੋਂ ਕੁਝ ਕੱਪੜੇ ਕਿਤਾਬਾਂ ਵੀਣਾ ਲੈਪਟਾਪ ਤੇ ਸੀਡੀ ਪਲੇਅਰ ਜਿਹੜਾ ਕਿ ਪਾਇਆ ਗਿਆ ਸੀ 10ਵਾਂ ਤੋਂ ਕੀ ਭਾਵ ਹੈ ਆਪਣੀ ਕਮਾਈ ਦਾ 10ਵਾਂ ਹਿੱਸਾ ਕੱਢਣਾ ਤੇ ਜ਼ਰੂਰਤਮੰਦਾਂ ਦੇ ਲੋੜਵੰਦ ਦੇ ਲੇਖੇ ਲਾਉਣਾ ਨੈਪੋਲੀਅਨ ਬੋਨਾਪਾਰਟ ਆਪਣੀ ਨੀਂਦ ਕਿਵੇਂ ਪੂਰੀ ਕਰ ਲੈਂਦਾ ਸੀ ਘੋੜੇ ਤੇ ਵੀ ਕਰ ਲੈਂਦਾ ਸੀ ਕਾਦੇ ਮੈਦਾਨੂਸ਼ ਲੇਖਕ ਨੂੰ ਕਿੰਨਾ ਗੱਲਾਂ ਨੇ ਪ੍ਰਭਾਵਿਤ ਕੀਤਾ ਉਥੋਂ ਦੇ ਲੋਕਾਂ ਦੀ ਇਮਾਨਦਾਰੀ ਸਫਾਈ ਚੰਗੀ ਤਰ੍ਹਾਂ ਜਿਹੜਾ ਕਿ ਪਾਰਕ ਦੇ ਜਿਹੜੇ ਘਾਹ ਸੀ ਉਹਦੀ ਜੋ ਵੀ ਚੰਗੀ ਤਰ੍ਹਾਂ ਕਟਾਈ ਕੀਤੀ ਗਈ ਸੀ ਬਹੁਤ ਸੋਹਣੇ ਉਹਨਾਂ ਦੇ ਉਥੋਂ ਦੇ ਪਾਰਕ ਸਨ ਦੋਆਂ ਗਵੰਡਾਂ ਵਿੱਚ ਲੜਾਈ ਦਾ ਕੀ ਕਾਰਨ ਸੀ ਪਾਣੀ ਦੀ ਵਾਧੂ ਟੈਂਕੀ ਫਿਰ 11ਵਾਂ ਪ੍ਰਸ਼ਨ ਸੀ ਜਿਸ ਵਿੱਚ ਪਹਿਲਾ ਪੈਰਾ ਸੀ ਰੁੱਖ ਹੁੰਦੇ ਸਾਧੂ ਸੇ ਨਿਆਸੀ ਕਰਦੇ ਪਰਉਪਕਾਰ ਇਹ ਰੁੱਖਾਂ ਬਾਝੋਂ ਧਰਤੀ ਜਿਹੜੀ ਕਵਿਤਾ ਉਹਦੇ ਵਿੱਚੋਂ ਲਿਆ ਗਿਆ ਸੀ ਫੇਰ ਅਜੀ 12ਵਾਂ ਪ੍ਰਸ਼ਨ ਹੈ ਬੇਬੇ ਰਾਮ ਪੱਛਨੀ ਦਾ ਚਰਿੱਤਰ ਚਿੱਤਰਣ ਕਰਨਾ ਸੀ ਜਾਂ ਸ਼ਾਮਦਾਸ ਦਾ ਦੋਵੇਂ ਹੀ ਆਸਾਨ ਸੀ ਸ਼ਾਮਦਾਸ ਦਾ ਜੇ ਤੁਸੀਂ ਕਰਦੇ ਤੇ ਇੰਜ ਕਰ ਸਕਦੇ ਸੀ ਕਿ ਸ਼ਾਮਦਾਸ ਬੇਬੇ ਰਾਮ ਪੱਜਨੀ ਕਾਂਗੀ ਵਿੱਚ ਬੇਬੇ ਰਾਮ ਪੱਜਨੀ ਦਾ ਪਤੀ ਹੈ ਉਸ ਦੀ ਪਾਤਰ ਚਿੱਤਰਣ ਦੀ ਜਿਹੜੀ ਪਹਿਲਾ ਪੁਆਇੰਟ ਤੇ ਬਣਾਉਣਾ ਸੀ ਕਿ ਸ਼ਰਾਬੀ ਜੂਹੇਬਾਜ ਹੈ ਦੂਜਾ ਹੈ ਕਿ ਉਹ ਜਿਹੜਾ ਕਿ ਘਰ ਦੇ ਵਿੱਚ ਧਿਆਨ ਨਹੀਂ ਦੇਣ ਵਾਲਾ ਆਪਣੀ ਪਤਨੀ ਨੂੰ ਗੱਲਾਂ ਨੂੰ ਨਾ ਸਮਝਣ ਵਾਲਾ ਆਪਣੀ ਮਰਜ਼ੀ ਦਾ ਮਾਲਕ ਜੇ ਰਾਮ ਪੱਜਨੀ ਦਾ ਆਏ ਤਾਂ ਤੇ ਰਾਮ ਪੱਜਨੀ ਤੁਸੀਂ ਇਸ ਤਰ੍ਹਾਂ ਕਰਦੇ ਕਿ ਧਾਰਮਿਕ ਵਿਚਾਰਾਂ ਵਾਲੀ ਔਰਤ ਹੈ ਸੂਝਵਾਨ ਔਰਤ ਸੂਝਵਾਨ ਵਿਚਾਰਾਂ ਵਾਲੀ ਔਰਤ ਹੈ ਆਪਣੇ ਆਂਡ ਗੜਨਾ ਬਣਾ ਕੇ ਰੱਖਣ ਵਾਲੀ ਹੈ ਪਕਤੀ ਕਰਨ ਵਾਲੀ ਹੈ ਫਿਰ ਅਗਲਾ 12ਵੇਂ ਦਾ ਸੈਕਿੰਡ ਕੁਐਸਚਨ ਆਇੰਦਾ ਕਿ ਰਾਜਯਾਰਾਜ ਕਰੇਂਦੀ ਕਾਂਗੀ ਦਾ ਉਦੇਸ਼ ਕੀ ਹੈ ਯਾ ਫਿਰ ਰਾਜਾ ਤੇ ਵਜ਼ੀਰ ਕੋਤਵਾਲੀ ਵਿੱਚ ਕੀ ਦੇਖਦੇ ਹਨ ਜੇ ਤੁਸੀਂ ਇਹ ਉੱਤਰ ਕਰਦੇ ਕਿ ਰਾਜਾ ਤੇ ਵਜ਼ੀਰ ਕੋਤਵਾਲੀ ਵਿੱਚ ਕੀ ਦੇਖਦੇ ਹਨ ਤੇ ਇਸ ਦਾ ਉੱਤਰ ਆਉਂਦਾ ਕਿ ਰਾਜਾ ਤੇ ਵਜ਼ੀਰ ਕੋਤਵਾਲੀ ਯਾਨੀ ਕਿ ਪੁਲਿਸ ਸਟੇਸ਼ਨ ਵਿੱਚ ਦੇਖਦੇ ਹਨ ਕਿ ਕੋਤਵਾਲੇ ਇੱਕ ਆਦਮੀ ਨੂੰ ਬਿਨਾਂ ਵਜ੍ਹਾ ਤੋਂ ਜ਼ਮੀਨ ਤੇ ਲੰਮੇ ਪਾ ਕੇ ਬੁਰੀ ਤਰ੍ਹਾਂ ਕੋਟੜ ਰਿਹਾ ਹੁੰਦਾ ਹੈ ਤੇ ਰਾਜੇ ਦੇ ਪੁੱਛਣ ਤੇ ਕੋਤਵਾਲ ਦੱਸਦਾ ਕਿ ਮੈਂ ਇਸ ਲਈ ਇਸ ਨੂੰ ਮਾਰ ਰਿਹਾ ਕਿਉਂਕਿ ਇਸ ਨੇ ਹਫ਼ਤਾ ਜਾਂ ਮਹੀਨਾ ਨਹੀਂ ਦਿੱਤਾ ਤੇ ਰਾਜਾ ਆਪਣੇ ਆਪ ਨੂੰ ਕੋਤਵਾਲ ਨੂੰ ਨਾਲ ਦੇ ਪਿੰਡ ਦਾ ਜਿਹੜਾ ਕਿ ਸਰਪੰਚ ਦੱਸਦਾ ਹੈ ਰਾਜਾ ਰਾਜ ਕਹਾਣੀ ਅਕਾਂਗੀ ਦਾ ਉਦੇਸ਼ ਇਹ ਬੰਦਾ ਕਿ ਅੱਜ ਦੇ ਸਮੇਂ ਵਿੱਚ ਜਿਹੜੀ ਸਰਕਾਰ ਹੈ ਉਹ ਰਾਜੇ ਦੀ ਉਦਾਹਰਣ ਦੇ ਕੇ ਦੱਸਿਆ ਕਿ ਕਿ ਅੱਜ ਦੀ ਸਮੇਂ ਦੀ ਸਰਕਾਰ ਸਰਕਾਰ ਹੈ ਪ੍ਰਜਾ ਦੇ ਦੁੱਖਾਂ ਵੱਲ ਜਿਹੜਾ ਕਿ ਚੰਗੀ ਤਰ੍ਹਾਂ ਧਿਆਨ ਨਹੀਂ ਦਿੰਦੀ ਹੈ। ਫਿਰ ਅਗਲਾ ਗੁਰੂ ਉਪਦੇਸ਼ ਕਵਿਤਾ ਦਾ ਕੇਂਦਰੀ ਭਾਵ ਜਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਵੀ ਉਪਦੇਸ਼ ਹੈ ਉਸ ਨੂੰ ਤੁਸੀਂ ਕੇਂਦਰੀ ਭਾਵ ਬਣਾ ਕੇ ਲਿਖਣਾ ਸੀ। ਮਾਨ ਪੰਜਾਬੀ ਦਾ ਕਵਿਤਾ ਵਿੱਚ ਆਏ ਵਿਚਾਰਾਂ ਦਾ ਸਾਰ ਲਿਖਣਾ ਹੈ ਕਿ ਇਸ ਕਵਿਤਾ ਵਿੱਚ ਕਵੀ ਨੇ ਕੀ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬੀ ਨੂੰ ਕਿੰਨਾ ਪਿਆਰ ਕਰਦਾ ਹੈ। ਫਿਰ ਅਗਲਾ ਕੁਸ਼ਨ ਹੈ ਕਿ ਪੰਜਾਬ ਵਿੱਚ ਘਟਦੇ ਜ਼ਮੀਨ ਦੇ ਥੱਲੇ ਦੇ ਹੇਠਲੇ ਪਾਣੀ ਦਾ ਸਾਮ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ਤੁਸੀਂ ਆਪਣੇ ਵਿਚਾਰ ਦੱਸਨੇ ਸੀ ਕਿ ਕਿਸਾਨਾਂ ਨੂੰ ਜਿਹੜੀ ਕਿ ਫਸਲ ਜਿਹੜੀ ਬੀਜਦੇ ਹਨ ਉਹ ਸਰਕਾਰ ਦੇ ਦੱਸੇ ਨੀਮਾਂ ਦੇ ਤੇ ਸਮੇਂ ਦੇ ਅਨੁਸਾਰ ਬੀਜਣੀ ਚਾਹੀਦੀ ਹੈ ਜੇ ਝੋਨਾ ਲਾਉਣ ਨਾਲ ਪਾਣੀ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਤਾਂ ਉਸ ਦੀ ਬਜਾਏ ਹੋਰ ਜਿਹੜੀਆਂ ਕਿ ਫਸਲਾਂ ਲਾਉਣੀਆਂ ਚਾਹੀਦੀਆਂ ਜਿਸ ਤਰ੍ਹਾਂ ਪਾਣੀ ਦਾ ਜਿਹੜਾ ਕਿ ਬਚਾਅ ਹੋ ਸਕੇ ਜਾਂ ਜਦੋਂ ਬਰਸਾਤ ਹੁੰਦੀ ਤਾਂ ਉਸ ਤੋਂ ਦਾ ਉਹਦੋਂ ਜਦੋਂ ਪਾਣੀ ਆਉਂਦਾ ਹੈ ਉਸ ਪਾਣੀ ਦੀ ਕਿਵੇਂ ਸਾਮ ਸੰਭਾਲ ਕੀਤੀ ਜਾ ਸਕਦੀ ਹੈ ਇਹ ਸਾਰੇ ਤੇ ਕੁਸ਼ਨ ਜਿਹੜੇ ਆਮ ਜ਼ਿੰਦਗੀ ਵਿੱਚ ਵੀ ਵੇਖ ਕੇ ਉਹਦੇ ਪੁਆਇੰਟ ਬਣਾ ਕੇ ਕਰ ਸਕਦੇ ਸੀ ਫਿਰ ਇਹ ਗੂੜੀ ਨੀਂਦ ਸੌਣ ਨਾਲ ਕੀ ਹੁੰਦਾ ਹੈ ਇਹਦਾ ਸਭ ਨੂੰ ਹੀ ਪਤਾ ਹੈ ਕਿ ਜਦੋਂ ਗਹਿਰੀ ਨੀਂਦ ਚ ਆਪਾਂ ਸੌਂਨੇ ਤਾਂ ਜਦੋਂ ਸਵੇਰੇ ਉੱਠਦੇ ਆ ਤਾਂ ਕਿੰਨੇ ਫਰੈਸ਼ ਤੇ ਕਿੰਨੇ ਵਧੀਆ ਤਰ੍ਹਾਂ ਉੱਠਦੇ ਆ ਤੇ ਇਹਦੇ ਪੁਆਇੰਟ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਸੀ ਕਿ ਗੂੜੀ ਨੀਂਦ ਸੌਣ ਨਾਲ ਨਵੇਂ ਸੈੱਲ ਬਣਦੇ ਹਨ ਪੁਰਾਣੇ ਸੈੱਲ ਨਸ਼ਟ ਹੁੰਦੇ ਹਨ ਸਰੀਰ 'ਚ ਤੰਦਰੁਸਤੀ ਵਾਧੀ ਹੈ ਜਿਹੜਾ ਸਾਡਾ ਗਿਆਨ ਤੰਤੂ ਹੈ ਇੰਦਰੀਆਂ ਹਨ ਉਹ ਸਾਰੀਆਂ ਜਿਹੜੀਆਂ ਕਿ ਮੁੜ ਤੋਂ ਦੁਬਾਰਾ ਕੰਮ ਕਰਨ ਲਈ ਜਿਹੜੇ ਤਿਆਰ ਹੋ ਜਾਂਦੀਆਂ ਹਨ ਫਿਰ ਅਗਲਾ ਕੁਐਸਚਨ ਹੈ ਜੀ 이어ਫੋਨ ਕਹਾਣੀ ਵਿੱਚ 이어ਫੋਨ ਦੇ ਕਿਹੜੇ ਬੁਰੇ ਪ੍ਰਭਾਵ ਦੱਸੇ ਗਏ ਹਨ ਜਿਵੇਂ ਕਿ ਦੱਸਿਆ ਗਿਆ ਸੀ ਕਿ ਵਿੱਚ ਕਹਾਣੀ ਦੀ ਜਿਹੜੀ ਮੁੱਖ ਪਾਤਰ ਮਿਨਾਕਸ਼ੀ ਆ ਸੜਕ ਪਾਰ ਕਰਦੇ 이어ਫੋਨ ਲਗਾ ਕੇ ਕਾਰ ਸੀ ਤੇ ਉਸ ਦਾ ਸੜਕ ਤੇ ਹਾਦਸਾ ਹੋ ਗਿਆ ਤੇ ਪਹਿਲਾ 이어ਫੋਨ ਦਾ ਦੁਸ਼ ਪ੍ਰਭਾਵ ਇਹ ਹੋ ਸਕਦਾ ਕਿ ਐਕਸੀਡੈਂਟ ਹੋਣ ਦਾ ਖਤਰਾ ਹਾਦਸਾ ਕੋਈ ਹੋ ਸਕਦਾ ਹੈ ਕੰਨ ਖਰਾਬ ਹੋ ਸਕਦੇ ਹਨ ਸੁਣਨ ਸ਼ਕਤੀ ਜਿਹੜੀ ਕਿ ਕਮਜ਼ੋਰ ਹੋ ਸਕਦੀ ਹੈ ਇਨਸਾਨ ਇਕੱਲੇਪਨ ਦਾ ਜਿਹੜਾ ਕਿ ਸ਼ਿਕਾਰ ਵੀ ਹੋ ਸਕਦਾ ਹੈ ਜੇਕਰ ਰਜਨੀ ਤਾ ਤੁਸੀਂ ਸੰਕਟ ਵਿੱਚ ਫਸ ਜਾਂਦੇ ਤਾਂ ਤੁਸੀਂ ਕੀ ਕਰਦੇ ਸੇਮ ਤੁਸੀਂ ਵੀ ਉੰਜ ਹੀ ਕਰਦੇ ਜਿਵੇਂ ਰਜਨੀ ਸੱਪ ਨੂੰ ਵੇਖ ਕੇ ਘਬਰਾਈ ਨਹੀਂ ਸੀ ਸਗੋਂ ਉਸ ਦਾ ਉਹਨੇ ਮੁਕਾਬਲਾ ਕੀਤਾ ਉਸ ਨੂੰ ਕਾਬੂ ਕੀਤਾ ਇਸ ਤਰ੍ਹਾਂ ਅਗਰ ਜ਼ਿੰਦਗੀ ਕਿਸੇ ਵੀ ਸੰਕਟ ਵਿੱਚ ਫਸ ਜਾਂਦੇ ਤਾਂ ਉਤੋਂ ਭੱਜਣ ਨਾਲੋਂ ਚੰਗਾ ਕਿ ਆਪਣੇ ਦਿਮਾਗ ਦਾ ਇਸਤੇਮਾਲ ਕਰਦੇ ਕਿ ਬਲ ਦੇ ਨਾਲ ਬੁੱਧੀ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਸੀ ਧਰਮ ਬਾਰੇ ਡਾਕਟਰ ਅਬਦੁਲ ਕਲਾਮ ਦੇ ਕੀ ਵਿਚਾਰ ਸਨ ਉਹ ਧਰਮ ਨਿਰਪੱਖ ਸਨ ਮੁਸਲਮਾਨ ਹੁੰਦੇ ਵੀ ਉਹ ਮਾਸਾਹਾਰੀ ਨਹੀਂ ਸਨ ਜੇ ਉਹ ਕੁਰਾਨ ਨਾ ਪੜ੍ਹਦੇ ਸੀ ਤੇ ਨਾਲ ਉਹਨਾਂ ਨੂੰ ਗੀਤਾ ਵੀ ਪਾਈ ਗਈ ਸੀ ਉਹ ਗੀਤਾ ਦਾ ਵੀ ਧਿਆਨ ਜਿਹੜਾ ਅਧਿਐਨ ਜਿਹੜਾ ਸੀ ਉਹ ਕਰਦੇ ਸਨ ਨਾਨਕ ਸਿੰਘ ਦੇ ਬਚਪਨ ਬਾਰੇ ਤੁਸੀਂ ਕੀ ਜਾਣਦੇ ਹੋ ਨਾਨਕ ਸਿੰਘ ਦੇ ਬਚਪਨ ਬਾਰੇ ਜਾਣਦੇ ਕਿ ਉਹਨਾਂ ਦੇ ਉਹਨਾਂ ਦੀ ਪਰਵਿਸ਼ ਉਹਨਾਂ ਦੇ ਦਾਦਾ ਜੀ ਨੇ ਕੀਤੀ ਸੀ ਉਹਨਾਂ ਦਾ ਜਨਮ ਕਿੱਥੇ ਹੋਇਆ ਪੰਜਵੀਂ ਤੱਕ ਉਹਨਾਂ ਨੇ ਵਿੱਦਿਆ ਹਾਸਲ ਕੀਤੀ ਕਿਵੇਂ ਉਹ ਪਹਿਲਾਂ ਬੁਰੀ ਸੰਗਤ ਵਿੱਚ ਪੈ ਗਏ ਸਨ ਤੇ ਫਿਰ ਗਿਆਨੀ 박 ਸਿੰਘ ਜੀ ਦੀ ਮਦਦ ਨਾਲ ਕਿਵੇਂ ਉਹ ਵਾਪਸ ਬੁਰੀ ਸੰਗਤ ਚੋਂ ਨਿਕਲ ਆਏ ਸਨ ਇਹ ਸਾਰਾ ਇਸ ਤਰ੍ਹਾਂ ਦਾ ਆਨਸਰ ਇਸ ਨੂੰ ਬਣਾ ਕੇ ਲਿਖਣਾ ਸੀ ਸੋ ਇਹ ਹੈ ਸੀ ਕੋਡ ਦਾ ਪੇਪਰ और सारे प्रश्न चारा कोडा सेम ने लगभग सिर्फ सीकुएंस जोड़ा उपर थले आया होएगा उम्मीद है मेरी ये थोड़ी वीडियो शायद थोड़ी बहुत धो हेल्प कर लायक होएगी धन्यवाद